ਇਸ ਫਿਲਮ ਨੂੰ 80 ਸਾਲ ਦਾ ਬਜ਼ੁਰਗ ਵੀ ਦੇਖੂਗਾ, ਇਸ ਫਿਲਮ ਨੂੰ 10 ਸਾਲ ਦਾ ਬੱਚਾ ਵੀ ਦੇਖੂਗਾ, 20 ਸਾਲ ਦੀ ਸਾਡੀ ਧੀ ਵੀ ਦੇਖੂਗੀ, 40 ਸਾਲ ਦੀ ਸਾਡੀ ਭੈਣ ਵੀ ਦੇਖੂਗੀ। ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਮੁੱਚੀ ਬਹੁਤ ਸਾਰੇ ਦਿਨ ਇੰਜ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਹੇ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ। ਵੈਸੇ ਵੀ ਨੋਰਮਲ ਸਾਨੂੰ ਇੰਝ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਤੁਹਾਡਾ ਖੜਾ। ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਵੀ ਮੈਂ ਮਹਿਤਾਬ ਸਮਾਜ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ, ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ। ਸੋਸ਼ਲ ਮੈਸੇਜ ਵੀ ਤੁਹਾਨੂੰ ਜ਼ਰੂਰ ਮਿਲੂਗਾ ਅਤੇ ਅਸੀਂ ਕੋਸ਼ਿਸ਼ ਕੀਤੀ ਹੈ, ਬਾਕੀ ਜਿੰਨੀ ਵੀ ਸਾਡੀ ਸਟਾਰ ਕਾਸਟ ਆ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸ਼ੂਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ। ਸਭ ਤੋਂ ਵਧੀਆ ਲਾਈਫ ਨੀ ਮੈਂ ਸਾਸ ਕੁੱਟਣੀ 2 ਨੂੰ ਹੀ ਆਊਂਗੇ। ਇੰਨੇ ਜ਼ਿਆਦਾ ਲਾਈਕ ਜਿੰਨੀਆਂ ਵੀ ਮੂਵੀ ਦਾ ਉਹਨਾਂ ਨੂੰ ਆਏ ਨਹੀਂ। ਸਮਾਜ ਤਰੱਕੀ ਕਰਦਾ ਅਤੇ ਸਮਾਜ ਦੀ ਨੇ ਸਪੀਡ ਫੜ ਲਈ ਹੈ, ਇੱਕ ਉਸ ਸਪੀਡ 'ਚ ਅਸੀਂ ਰਿਸ਼ਤੇ ਨਾਤਿਆਂ ਨੂੰ ਗਵਾ ਰਹੇ ਹਾਂ ਕਿਤੇ। ਸੋ ਉੱਥੇ ਇੱਕ ਇਹ ਪਿਆਰਾ ਮੈਸੇਜ ਵੀ ਹੈ ਕਿ ਸਾਡੇ ਰਿਸ਼ਤੇ ਨਾਤੇ ਕਿਵੇਂ ਉਹਨਾਂ ਦੀ ਬੌਂਡਿੰਗ ਹੋਣੀ ਚਾਹੀਦੀ, ਕਿਵੇਂ ਰਹਿਣੀ ਚਾਹੀਦੀ ਹੈ। ਕੋਈ ਵੀ ਤੁਸੀਂ ਫਿਲਮ ਕਰਦੇ ਹੋ, ਸੱਸ ਕੁੱਟਣੀ ਹਿੱਟ ਸਾਡੀ 1 ਹਿੱਟ ਸੀਗੀ ਅਤੇ ਬਹੁਤ ਵੱਡਾ ਚੈਲੰਜ ਹੁੰਦਾ 2 ਬਣਾਉਣਾ, ਕਿਉਂਕਿ ਜੇ 2 ਕਈ ਵਾਰ ਇੱਦਾਂ ਹੁੰਦਾ ਮੋਸਟਲੀ ਆਪਾਂ ਇਹੀ ਜਦੋਂ ਕੋਈ ਸੀਕੁਅਲ ਫਿਲਮ ਦਾ ਦੇਖਦੇ ਹਾਂ ਆਪਾਂ ਨੂੰ ਇਹ ਲੱਗਦਾ ਯਾਰ ਪਹਿਲੀ ਵਾਲੀ ਜ਼ਿਆਦਾ ਵਧੀਆ ਸੀਗੀ, ਇਹ ਇੰਨੀ ਵਧੀਆ ਨਹੀਂ ਹੈਗੀ। ਲੇਕਿਨ ਸਾਡੀ ਪੂਰੀ ਜਾਨ ਲੱਗੀ ਹੈ ਅਤੇ 2022-29 ਅਪ੍ਰੈਲ ਨੂੰ ਸਾਡੀ ਸੱਸ ਕੁੱਟਣੀ 1 ਆਈ ਸੀ। ਅਸੀਂ 1.5 ਸਾਲ ਇਹਦੀ ਸਕ੍ਰਿਪਟ 'ਤੇ ਕੰਮ ਕੀਤਾ ਅਤੇ ਜਿੰਨਾ ਤੁਸੀਂ ਟ੍ਰੇਲਰ ਨੂੰ ਇੰਜੋਏ ਕੀਤਾ ਇਹ ਤੋਂ ਕਈ ਗੁਣਾ ਜ਼ਿਆਦਾ ਸਾਡੀ ਫਿਲਮ ਬਹੁਤ ਖੂਬਸੂਰਤ ਹੈ। ਬਾਕੀ ਆਪਾਂ 1-to-1 ਸਾਰੇ ਆਰਟਿਸਟ ਨਾਲ ਗੱਲ ਕਰਦੇ ਹਾਂ ਅਤੇ ਉਹ ਤੁਹਾਨੂੰ ਦੱਸਣਗੇ ਇਹ ਫਿਲਮ 'ਚ ਜਰਨੀ ਕਿਵੇਂ ਰਹੀ ਹੈ, ਕਿਵੇਂ ਅਸੀਂ ਸ਼ੂਟ 'ਤੇ ਇੰਜੋਏ ਕੀਤਾ ਅਤੇ ਜੋ ਵੀ ਤੁਹਾਡੇ ਕੁਸ਼ਚਨ ਹੋਣਗੇ 1-to-1 ਅਸੀਂ ਉਹਨਾਂ ਦਾ ਆਨਸਰ ਦੇਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੁਸੀਂ ਆਏ ਜੀ ਆਇਆਂ ਨੂੰ। ਸੱਸ ਕੁੱਟਣੀ ਫਿਲਮ ਮੇਰੇ ਲਈ, ਮੇਰੀ ਜ਼ਿੰਦਗੀ ਦਾ ਜਿਹੜਾ ਫਿਲਮੀ ਸਫ਼ਰ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਰਹੀ। ਤੁਸੀਂ ਸਾਰਿਆਂ ਨੇ ਇੰਨੀ ਜ਼ਿਆਦਾ ਮੁਹੱਬਤ ਦਿੱਤੀ ਔਰ ਮੈਂ ਹਮੇਸ਼ਾ ਰਿਣੀ ਰਹੂੰਗੀ ਮੋਹਿਤ ਬਨਵੈਤ ਹੁਣਾਂ ਦੀ, ਇਸ ਪ੍ਰੋਡਕਸ਼ਨ ਹਾਊਸ ਦੀ, ਕਿ ਇਹਨਾਂ ਨੇ ਇਹ ਕਿਰਦਾਰ ਇਸ ਫਿਲਮ ਦੇ ਵਿੱਚ ਮੇਰੇ ਲਈ ਸਿਰਜਿਆ। ਮੈਨੂੰ ਬਹੁਤ ਖੁਸ਼ੀ ਹੋਈ ਇਹ ਫਿਲਮ ਕਰਕੇ, ਉਮੀਦ ਨਾਲੋਂ ਜ਼ਿਆਦਾ ਤੁਹਾਡਾ ਪਰਵਾ ਹੁੰਗਾਰਾ ਮਿਲਿਆ ਔਰ ਇਹੀ ਵਜ੍ਹਾ ਹੈ ਕਿ ਅਸੀਂ ਜਦੋਂ ਇਹ ਸੈਕਿੰਡ ਪਾਰਟ ਬਣਾਇਆ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਮੁੱਚੀ ਬਹੁਤ ਸਾਰੇ ਦਿਨ ਇੰਜ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਹੇ ਸੀ ਅਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ। ਵੈਸੇ ਵੀ ਨੋਰਮਲ ਸਾਨੂੰ ਇੰਝ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਤੁਹਾਡਾ ਖੜਾ। ਅਤੇ ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਵੀ ਮੈਂ ਮਹਿਤਾਬ ਇੰਝ ਲੱਗੀ ਜਾਂਦਾ ਜਿਵੇਂ ਆਪਾਂ ਇੱਕ ਦੂਜੇ 'ਤੇ ਦੁਸ਼ਮਣ ਜਿਹਾ ਹੋ ਗਿਆ ਆਪਣੀ ਫਿਲਮ ਕਰਦੇ ਹਾਂ। ਸੋ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ ਕਰਦੇ ਹੋ ਉਸ ਜਰਨੀ ਦੇ ਡਿਊਰਿੰਗ ਜਿਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਫੀਲ ਕਰਦੇ ਹੋ, ਜਿਹੜੀ ਮੁਹੱਬਤ ਜਿਹੜੀ ਨਫ਼ਰਤ ਅਸੀਂ ਫੀਲ ਕੀਤੀ ਇਸ ਸੈਕਿੰਡ ਪਾਰਟ ਨੂੰ ਕਰਦੇ ਹਾਂ, ਉਹੀ ਫਿਲਮ ਦੇ ਵਿੱਚ ਤੁਹਾਨੂੰ ਦਿਸੂਗੀ। ਕਿਉਂਕਿ ਉਹ ਅਦਾਕਾਰੀ ਸਿਰਫ ਕੈਮਰੇ ਦੇ ਸਾਹਮਣੇ ਨਹੀਂ ਸੀ, ਉਹ ਇੰਨਾ ਕੁਝ ਜਜ਼ਬ ਹੋ ਗਿਆ ਸੀ, ਉਹ ਸਾਰੇ ਦੇ ਸਾਰੇ ਕਰੈਕਟਰ ਇੰਨੇ ਸਾਡੇ 'ਤੇ ਹਾਵੀ ਹੋ ਗਏ ਸੀ ਕਿ ਅਸੀਂ ਸੈੱਟ ਦੇ ਉੱਤੇ ਵੀ ਇਹ ਅਲੱਗ ਮੰਜਾ ਕੁਰਸੀਆਂ ਅੰਡਾ ਕੇ ਬੈਠਦੇ ਸੀ, ਅਸੀਂ ਅਲੱਗ ਬੈਠਦੇ ਸੀ, ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਭਾਵਨਾਵਾਂ ਨਹੀਂ ਰੱਖੀਆਂ ਅਤੇ ਬਹੁਤ ਦੁਸ਼ਮਣੀ ਨਿਭਾਈ। ਉਹ ਦੁਸ਼ਮਣੀ ਤੁਸੀਂ ਸਕਰੀਨ 'ਤੇ ਵੀ ਵੇਖੋਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛੀ ਲੱਗੂਗੀ। ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਇਸ ਵਾਰੀ ਦੀ ਜਿਹੜੀ ਫਿਲਮ ਹੈ ਇਹਦੇ 'ਚ ਕੁਛ ਹੋਰ ਨਵੇਂ ਚਿਹਰੇ ਸਾਡੇ
ਪੰਜਾਬੀ ਇੰਡਸਟਰੀ ਦੇ ਹੋਰ ਖੂਬਸੂਰਤ ਕਲਾਕਾਰ ਜਿਹੜੇ ਨੇ ਉਹ ਇਹਦਾ ਹਿੱਸਾ ਬਣੇ ਨੇ, ਮਲਕੀਤ ਰੋਣੀ ਜੀ, ਹਰਬੀ ਸਾਂਗਾ, ਰੂਪੀ ਮੈਮ, ਸੁਖਵਿੰਦਰ ਰਾਜ ਅਤੇ ਹੋਰ ਬੱਚੇ ਨੇ ਸਾਡੇ ਕੋਲ ਜਿਹੜੇ ਇਸ ਫਿਲਮ ਨੂੰ ਜਿਨ੍ਹਾਂ ਨੇ ਹੋਰ ਜ਼ਿਆਦਾ ਆਪਣੀ ਅਦਾਕਾਰੀ ਦੇ ਨਾਲ ਆਪਣੀ ਪ੍ਰੈਜੈਂਸ ਦੇ ਨਾਲ ਰਿਚ ਕੀਤਾ। ਇਹ ਫਿਲਮ ਜਿਹੜੀ ਆ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਮਾਈਲ ਸਟੋਨ ਹੈ ਅਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਫਿਰ ਅੱਗੇ ਕੰਟੀਨਿਊ ਕਰੀਏ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਸਾਨੂੰ ਬਹੁਤ ਸਾਰਾ ਪਿਆਰ ਦਿਓਗੇ। ਤੁਹਾਡੇ ਸਾਰਿਆਂ ਲਈ ਬਹੁਤ ਸਤਿਕਾਰ। ਫਿਲਮ ਜ਼ਰੂਰ ਦੇਖਣ ਆਇਓ, ਜਿਵੇਂ ਮੋਹਿਤ ਹੋਣਾ ਨੇ ਕਿਹਾ ਟ੍ਰੇਲਰ ਨਾਲੋਂ ਵੀ ਜ਼ਿਆਦਾ ਮਜ਼ਾ ਤੁਹਾਨੂੰ ਫਿਲਮ ਦੇਖ ਕੇ ਆਏਗਾ। ਸੋ ਅਸੀਂ ਇੰਤਜ਼ਾਰ ਕਰ ਰਹੇ ਹਾਂ। ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਐਵਰੀਵਨ। ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ ਟ੍ਰੇਲਰ। ਹਾਊ ਵਾਜ਼ ਇਟ, ਇੱਕ ਵਾਰ ਖੁਦ ਦੱਸ ਦਿਓ। ਬਹੁਤ ਇੰਤਜ਼ਾਰ ਕੀਤਾ ਸੀ ਇਸ ਫਿਲਮ ਲਈ, ਫਾਈਨਲੀ ਅੱਜ ਟ੍ਰੇਲਰ ਆਇਆ ਅਤੇ ਸਾਨੂੰ ਸੁੱਖ ਦਾ ਸਾਹ ਆਇਆ। ਮੈਨੂੰ ਇੰਨੀ ਪਿਆਰੀ ਟੀਮ ਮਿਲੀ ਹੈ, ਇੰਨੀ ਪਿਆਰੀ ਸੱਸ ਮੇਰੀ ਔਨ ਸਕਰੀਨ, ਅਤੇ ਇੰਨੀ ਪਿਆਰੀ ਫੈਮਿਲੀ ਮੈਨੂੰ, ਸਾਰੇ ਆਰਟਿਸਟ। ਮਤਲਬ ਇੱਦਾਂ ਲੱਗਦਾ ਹੀ ਨਹੀਂ ਹੈ ਕਿ ਆਪਾਂ ਫੈਮਿਲੀ ਵਾਂਗ ਜਿਵੇਂ ਨਾ ਹੋਈਏ, ਇੱਦਾਂ ਲੱਗਦਾ ਕਿ ਆਪਾਂ ਇੱਕ ਹੀ ਘਰ ਦੇ ਬੰਦੇ ਹਾਂ ਅਤੇ ਬਹੁਤ ਰੀਅਲ ਫੀਲ ਹੁੰਦਾ। ਅਤੇ ਜਿਵੇਂ ਮੈਮ ਨੇ ਦੱਸਿਆ ਕਿ ਇੱਦਾਂ ਲੱਗ ਰਿਹਾ ਸੀਗਾ ਕਨਫਲਿਕਟ ਸੱਚੀ 'ਚ ਹੈਗੀ ਹੈ ਅਤੇ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਹਾਂ। ਬਹੁਤ ਵਾਰ ਇੱਦਾਂ ਹੋਇਆ ਸੀਗਾ ਕਿ ਜਿਵੇਂ ਮੈਂ, ਮਹਿਤਾਬ ਐਂਡ ਕਰਮਜੀਤ ਸਰ, ਘੁੱਗੀ ਸਰ, ਨਿਰਮਲ ਰਿਸ਼ੀ ਮੈਮ, ਸਾਡੀ ਇੱਕ ਟੀਮ ਹੁੰਦੀ ਹੈ, ਅਤੇ ਅਨੀਤਾ ਮੈਮ, ਨਿਸ਼ਾ ਮੈਮ ਅਤੇ ਸੰਗਾ ਜੀ ਦੀ ਇੱਕ ਟੀਮ ਹੁੰਦੀ ਹੈ। ਸਾਨੂੰ ਇੱਦਾਂ ਲੱਗਦਾ ਸੀਗਾ ਕਿ ਸੱਚੀ 'ਚ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਹੈਗੇ ਹਾਂ, ਅਤੇ ਉਹ ਚੀਜ਼ ਤੁਹਾਨੂੰ ਐਕਚੁਅਲ 'ਚ ਰੀਅਲ 'ਚ ਦੇਖਣ ਨੂੰ ਮਿਲੂਗੀ ਪਰਦੇ 'ਤੇ। ਬਾਕੀ ਮੋਹਿਤ ਇਜ਼ ਐਨ ਅਮੇਜ਼ਿੰਗ ਰਾਈਟਰ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਹੀ ਇਜ਼ ਮਾਈ ਹਸਬੈਂਡ, ਬਟ ਸੱਚੀ ਐਜ਼ ਅ ਇਨਸਾਨ, ਐਜ਼ ਅ ਹਿਊਮਨ ਕਹਿ ਰਹੀ ਹਾਂ। ਮੈਂ ਆਰਟ ਦੀ ਕਦਰ ਕਰਦੀ ਹਾਂ, ਸੋ ਉਸ ਪੁਆਇੰਟ ਆਫ ਵਿਊ ਤੋਂ ਹੀ ਇਜ਼ ਐਨ ਅਮੇਜ਼ਿੰਗ ਡਾਇਰੈਕਟਰ, ਹੀ ਇਜ਼ ਐਨ ਅਮੇਜ਼ਿੰਗ ਰਾਈਟਰ। ਐਂਡ ਜਿੰਨੇ ਵੀ ਆਰਟਿਸਟ, ਇੰਨੇ ਪਿਆਰੇ ਪਿਆਰੇ ਬੱਚੇ ਨਾਲ ਜੁੜੇ ਰਹੇ ਇਸ ਵਾਰ ਸਾਡੀ ਫਿਲਮ 'ਚ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਕਿਉਂਕਿ ਇੱਕ ਫਿਲਮ ਨੂੰ ਬਣਾਉਣ ਦੇ ਪਿੱਛੇ ਜਸਟ ਇਕੱਲਾ ਡਾਇਰੈਕਟਰ, ਰਾਈਟਰ, ਆਰਟਿਸਟ, ਮਤਲਬ ਇਕੱਲੇ ਇਕੱਲੇ ਬੰਦੇ ਦੀ ਅਹਿਮੀਅਤ ਹੁੰਦੀ ਹੈ, ਲਾਈਟ ਮੈਨ ਤੋਂ ਲੈ ਕੇ, ਸਪੋਰਟ ਤੋਂ ਲੈ ਕੇ, ਲਾਈਕ ਐਵਰੀਬਡੀ ਇਜ਼ ਇੰਪੋਰਟੈਂਟ। ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਪਿਆਰੀ ਫਿਲਮ, ਇੰਨੀ ਵਧੀਆ ਫਿਲਮ ਬਣਾਈ ਹੈ। ਸੋ ਮੈਂ ਹੁਣ ਵੇਟ ਨਹੀਂ ਕਰ ਸਕਦੀ ਕਿ ਕਦੋਂ 7 ਜੂਨ ਆਏ ਅਤੇ ਤੁਸੀਂ ਸਾਰੇ ਜਣੇ ਸਾਡੀ ਫਿਲਮ ਦੇਖੋ। ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਜ ਕੇ ਜਕਾਰਾ ਬੁਲਾਓ, ਇੱਕ ਵਾਰੀ ਪਤਾ ਲੱਗ ਜਾਏ, ਇੱਕ ਵਾਰੀ ਤਾੜੀ ਮਾਰ ਦਿਓ ਅਤੇ ਦੱਸੋ ਟ੍ਰੇਲਰ ਕਿਵੇਂ ਲੱਗਿਆ। ਮਾੜੀ ਜੀ ਐਨਰਜੀ ਚਾਹੀਦੀ ਹੈ ਸਾਰੇ, ਅਸੀਂ ਤੁਹਾਡੇ ਕਰਕੇ ਆਏ ਹਾਂ। ਖੁੱਲ੍ਹ ਕੇ ਤਾੜੀ ਮਾਰੋ, ਇੱਕ ਵਾਰੀ ਪਤਾ ਲੱਗੇ ਆਪਾਂ ਬੈਠੇ ਹਾਂ ਯਾਰ। ਸੋ ਤੁਸੀਂ ਟ੍ਰੇਲਰ ਦੇਖਿਆ, ਨੀ ਮੈਂ ਸੱਸ ਕੁੱਟਣੀ 2, ਪਹਿਲੀ ਫਿਲਮ ਨੂੰ ਤੁਸੀਂ ਬੇਸ਼ੁਮਾਰ ਪਿਆਰ ਦਿੱਤਾ ਸੀ। ਜਦੋਂ ਕੋਈ ਫਿਲਮ ਪ੍ਰਵਾਨ ਚੜ੍ਹਦੀ ਹੈ, ਸਰੋਤੇ ਪਿਆਰ ਦਿੰਦੇ ਨੇ, ਤਾਂ ਹੀ ਉਹਦਾ ਦੂਜਾ ਪਾਰਟ ਬਣਦਾ। ਹੁਣ ਸਾਨੂੰ ਐਂ ਲੱਗਦਾ ਕਿ ਤੁਸੀਂ ਇਸ ਫਿਲਮ ਨੂੰ ਵੀ ਉਹਦੇ ਨਾਲੋਂ ਵੱਧ ਪਿਆਰ ਦਿਓਗੇ, ਕਿਉਂਕਿ ਸਮਾਜ ਦੇ ਵਿੱਚ ਜੋ ਜੋ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ, ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ, ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ। ਸੋਸ਼ਲ ਮੈਸੇਜ ਵੀ ਤੁਹਾਨੂੰ ਜ਼ਰੂਰ ਮਿਲੂਗਾ, ਅਤੇ ਅਸੀਂ ਕੋਸ਼ਿਸ਼ ਕੀਤੀ ਹੈ, ਬਾਕੀ ਜਿੰਨੀ ਵੀ ਸਾਡੀ ਸਟਾਰ ਕਾਸਟ ਆ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸ਼ੂਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ, ਅਤੇ ਇੰਨੇ ਵਧੀਆ ਫਨਕਾਰਾਂ ਦੇ ਨਾਲ ਅਸੀਂ ਦੋਨਾਂ ਨੇ, ਅਸੀਂ ਨਵੇਂ ਸੀ, ਮੈਂ ਅਤੇ ਤਨਵੀ, ਅਸੀਂ ਕੰਮ ਕੀਤਾ, ਸਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਿਆ, ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅੱਗੇ ਵੀ ਆਪਾਂ ਇੱਦਾਂ ਦਾ ਸੱਚਾ ਕੰਮ ਅਤੇ ਪਰਿਵਾਰਕ ਕੰਮ ਕਰਦੇ ਰਹੀਏ, ਅਤੇ ਬਾਕੀ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ, ਤੁਹਾਡਾ ਸਾਰਿਆਂ ਦਾ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਸਾਰੇ ਜਣੇ ਇੱਥੇ ਆਏ ਹੋ, ਅਤੇ ਜਿੰਨੀ ਐਕਸਾਈਟਮੈਂਟ ਤੁਹਾਨੂੰ ਸਾਰਿਆਂ ਨੂੰ ਸੀ ਕਿ ਪਾਰਟ 2 ਕਦੋਂ ਆਊਗਾ ਸੱਸ ਕੁੱਟਣੀ 2 ਦਾ, ਓਨੀ ਹੀ ਮੈਨੂੰ ਸੀ। ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦੀ ਸੀ, ਮੈਨੂੰ ਸਾਰੇ ਇਹੀ ਪੁੱਛਦੇ ਹੁੰਦੇ ਸੀ ਕਿ ਸੱਸ ਕੁੱਟਣੀ 2 ਤੁਹਾਡੀ ਕਦੋਂ ਆਉਣੀ ਆ,
ਕਿਉਂਕਿ ਫਸਟ ਬੱਚੇ ਬੱਚੇ ਨੇ ਦੇਖੀ ਹੈ ਅਤੇ ਬਹੁਤ ਵੱਡੀ ਹਿੱਟ ਰਹੀ ਹੈ। ਇੱਕ ਵਾਰੀ ਸਾਰੇ ਜਣੇ ਸੱਸ ਕੁੱਟਣੀ ਵਨ ਦੇ ਨਾਂ 'ਤੇ ਤਾੜੀ ਮਾਰ ਦਿਓ। ਥੈਂਕ ਯੂ ਸੋ ਮੱਚ। ਅਤੇ ਜਿੱਦਾਂ ਮਹਿਤਾਬ ਨੇ ਦੱਸਿਆ, ਕਹਿੰਦੇ ਮੈਂ ਅਤੇ ਤਨਵੀ ਨਵੇਂ ਨਵੇਂ ਇਹਨਾਂ ਨਾਲ, ਤੁਸੀਂ ਨਵੇਂ ਨਵੇਂ ਪਹਿਲਾਂ ਵਾਲੀ 'ਚ ਸੀ, ਹੁਣ ਤੁਸੀਂ ਨਵੇਂ ਨਹੀਂ ਕਹਿ ਸਕਦੇ। ਅਤੇ ਕਾਸਟ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਕਾਸਟ ਇੱਦਾਂ ਦੀ ਆ ਜਿਹੜੀ ਲਾਈਕ ਇੱਕ ਫੈਮਿਲੀ, ਜਦੋਂ ਸਾਨੂੰ ਇੱਕ ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਸਾਨੂੰ ਚਾਅ ਚੜ੍ਹ ਜਾਂਦਾ ਕਿ ਅੱਛਾ ਯਾਰ ਅਸੀਂ ਉਹਨਾਂ ਨਾਲ ਕੰਮ ਕਰਨਾ। ਅਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਸ਼ੂਟ ਦੇ ਦਿਨ ਸਾਡੇ ਕਿੱਦਾਂ ਨਿਕਲ ਗਏ। ਅਸੀਂ ਦਿਨੇ ਪਹਿਲਾਂ ਕੰਮ ਕਰਦੇ ਸੀ ਅਤੇ ਸ਼ਾਮ ਨੂੰ ਅਸੀਂ ਇੱਕ ਦੂਜੇ ਦੀਆਂ ਅਮੈਨਿਟੀਆਂ 'ਚ ਬਹਿ ਕੇ ਇਕੱਠੇ ਖਾਣਾ ਖਾਣਾ, ਫਨ ਕਰਨਾ, ਹੈ ਨਾ। ਅਤੇ ਸੈੱਟ 'ਤੇ ਅਸੀਂ ਬਿਲਕੁਲ ਵਿਰੋਧੀ ਦਲ ਹੀ ਸੀ ਇੱਕ ਦੂਜੇ ਦਾ, ਜਿੱਦਾਂ ਅਨੀਤਾ ਮੈਮ ਨੇ ਕਿਹਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ, ਉਹਨਾਂ ਦੀ ਏ ਟੀਮ ਆ। ਅਤੇ ਬਟ ਲਾਸਟ ਦੇ ਉੱਪਰ ਪਿਆਰ ਪੈ ਜਾਂਦਾ, ਪਰ ਮੈਂ ਬਹੁਤ ਟਰਾਈ ਕੀਤਾ ਕਿ ਇਹ ਸੱਸ ਨੂੰਹਾਂ ਦੀ ਨਾ ਬਣੇ, ਪਰ ਇਹ ਕਿੱਥੇ ਟਲਦੀਆਂ ਨੇ ਤੁਹਾਨੂੰ ਪਤਾ ਹੀ ਆ ਨਾ, ਆਖਿਰ ਦੇ ਉੱਪਰ ਸੱਸ ਨੂੰਹਾਂ ਇੱਕ ਦੂਜੇ ਦੀਆਂ ਹੁੰਦੀਆਂ, ਧੀ ਤਾਂ ਧੀ ਹੁੰਦੀ ਆ ਨਾ ਫਿਰ। ਚਲੋ ਜੀ, ਹੋਪ ਤੁਸੀਂ ਸਾਰੇ ਜਣੇ ਪਸੰਦ ਕਰੋਗੇ ਕਿਉਂਕਿ ਬਹੁਤ ਮਿਹਨਤ ਕੀਤੀ ਹੈ। ਅਤੇ ਇੱਥੇ ਮੈਂ ਮੋਹਿਤ ਦੀ ਪ੍ਰੇਜ਼ ਕਰੂੰਗੀ ਕਿ ਮੋਹਿਤ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਡਾਇਰੈਕਟ ਕੀਤੀ ਆ। ਅਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ, ਅਤੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਕਿੱਦਾਂ ਦੀ ਹੋਣੀ ਆ। ਅਤੇ ਜੇ ਤੁਹਾਨੂੰ ਟ੍ਰੇਲਰ ਚੰਗਾ ਲੱਗਿਆ ਇੱਕ ਵਾਰੀ ਟ੍ਰੇਲਰ ਦੇ ਨਾਂ 'ਤੇ ਤਾੜੀ ਮਾਰ ਦਿਉ। ਥੈਂਕ ਯੂ ਸੋ ਮੱਚ ਜੀ, ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਸਾਡੇ ਲਈ ਬਹੁਤ ਇੰਪੋਰਟੈਂਟ ਇਵੈਂਟ ਹੈ ਕਿਉਂਕਿ ਪ੍ਰਮੋਸ਼ਨ ਦਾ ਪਹਿਲਾ ਦਿਨ ਹੈ ਸਾਡਾ, ਅਤੇ ਅਸੀਂ ਟ੍ਰੇਲਰ ਲਾਂਚ ਕੀਤਾ। ਤੁਹਾਨੂੰ ਸਾਰਿਆਂ ਨੂੰ ਹੋਪ ਕਰਦੇ ਪਸੰਦ ਆਊਗਾ। ਅਤੇ ਜਿੱਦਾਂ ਅਨੀਤਾ ਮੈਮ ਨੇ ਕਿਹਾ ਕਿ ਸੈੱਟ 'ਤੇ ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਮਸਤੀ ਕੀਤੀ। ਜਿੱਦਾਂ ਮੈਮ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਐਪਰੀਸੀਏਸ਼ਨ ਮਿਲਿਆ ਇਸ ਰੋਲ ਵਾਸਤੇ, ਉਸੇ ਤਰ੍ਹਾਂ ਮੈਂ ਵੀ ਜਿੱਥੇ ਜਾਂਦੀ ਸੀ ਮੈਨੂੰ ਇਹ ਸਵਾਲ ਜ਼ਰੂਰ ਪੁੱਛਦੇ, ਤੁਸੀਂ ਸੱਸ ਕੁੱਟੀ ਆ, ਤੁਸੀਂ ਸੱਸ ਕੁੱਟੀ ਹੈ। ਅਤੇ ਇਹ ਕੁਸ਼ਚਨ ਹਮੇਸ਼ਾ ਮੈਨੂੰ ਪੁੱਛਦੇ ਰਹਿੰਦੇ ਸੀ ਸਾਰੇ। ਅਤੇ ਮੇਰੇ ਲਈ ਵੀ ਇਹ ਬਹੁਤ ਟਰਨਿੰਗ ਪੁਆਇੰਟ ਸੀਗਾ ਇਹ ਫਿਲਮ। ਅਤੇ ਬਹੁਤ ਵੇਟ ਸੀ ਸੈਕਿੰਡ ਕਦੋਂ ਪਾਰਟ ਸ਼ੁਰੂ ਹੋਊਗਾ, ਜਦੋਂ ਸ਼ੁਰੂ ਹੋਇਆ, ਅਤੇ ਫਿਰ ਇਹ ਸੀਗਾ ਹੁਣ ਪ੍ਰਮੋਸ਼ਨ ਕਦੋਂ ਸ਼ੁਰੂ ਹੋਊਗੀ, ਫਿਲਮ ਦਾ ਟ੍ਰੇਲਰ ਕਦੋਂ ਲਾਂਚ ਹੋਊਗਾ। ਅਤੇ ਅੱਜ ਉਹ ਦਿਨ ਆ ਗਿਆ ਹੈ। ਅਤੇ ਹੋਪ ਕਰਦੇ ਹਾਂ ਜਿੱਦਾਂ ਤੁਸੀਂ ਪਹਿਲੀ ਨੂੰ ਪਿਆਰ ਦਿੱਤਾ ਸੀ, ਉਹ ਤੋਂ ਵੱਧ ਚੜ੍ਹ ਕੇ ਤੁਸੀਂ ਦੂਜੀ ਨੂੰ ਪਿਆਰ ਦਿਓਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਿਲਨੂਰ ਕੌਰ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ। ਅਤੇ ਅੱਜ ਮੈਂ ਸੱਚੀ ਦਿਲੋਂ ਬਹੁਤ ਜ਼ਿਆਦਾ ਖੁਸ਼ ਹਾਂ, ਬਿਕੋਜ਼ ਅੱਜ ਸਾਡੀ ਫਿਲਮ ਦਾ ਟ੍ਰੇਲਰ ਆਇਆ, ਐਂਡ ਆਈ ਹੋਪ ਕਿ ਫਿਲਮ ਇਹ ਤੋਂ 10 ਗੁਣਾ ਵਧੀਆ ਹੋਊਗੀ, ਬਿਕੋਜ਼ ਟ੍ਰੇਲਰ ਤਾਂ ਮਤਲਬ ਮਾਇੰਡ ਬਲੋਇੰਗ ਸੀਗਾ। ਅਤੇ ਤੁਸੀਂ ਸਾਰੇ ਜਾਣੇ ਜ਼ਰੂਰ ਜਾਇਓ ਥੀਏਟਰਸ ਦੇ ਵਿੱਚ, ਅਸੀਂ ਬਹੁਤ ਮਿਹਨਤ ਕੀਤੀ। ਸੋ ਹੈਪੀ ਟੂ ਬੀ ਹੇਅਰ, ਐਂਡ ਮੇਰੀ ਟੀਮ ਵੈਰੀ ਗੁੱਡ ਬੇਟਾ। ਇਹ ਛੋਟੀ ਬੱਚੀ ਇੰਨੀ ਕਮਾਲ ਦੀ ਆਰਟਿਸਟ ਹੈ ਨਾ, ਮਤਲਬ ਬਹੁਤ ਪਿਆਰਾ ਇਸ ਬੱਚੀ ਨੇ ਕਰੈਕਟਰ ਨਿਭਾਇਆ ਆਪਣਾ, ਅਤੇ ਇੰਨੀ ਰੀਅਲਿਸਟਿਕ ਐਕਟਿੰਗ, ਮਤਲਬ ਕਮਾਲ। ਇਹ ਕੁੜੀ ਬਹੁਤ ਅੱਗੇ ਜਾਊਗੀ, ਬੱਚੀ ਬਹੁਤ ਕੰਮ ਕਰੂਗੀ। ਦਿਲਨੂਰ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਹਿਤ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਸਾਡਾ। ਜਦੋਂ ਕੋਈ ਇੰਡਸਟਰੀ 'ਚ ਆਉਂਦਾ, ਕਹਿੰਦੇ ਚਾਹੇ ਉਹ ਪ੍ਰੋਡਿਊਸਰ ਬਣ ਕੇ ਆਉਂਦਾ, ਚਾਹੇ ਉਹ ਐਕਟਰ ਬਣ ਕੇ ਆਉਂਦਾ, ਖਾਸ ਕਰਕੇ ਜਦੋਂ ਪ੍ਰੋਡਿਊਸਰ ਬਣ ਕੇ ਆਉਂਦਾ ਤਾਂ ਆਮ ਲੋਕ ਸਾਡੇ ਗੱਲਾਂ ਕਰਦੇ ਨੇ ਕਿ ਉਹਨੂੰ ਕੋਈ ਮੁੱਲ ਤਾਰਨਾ ਪੈਂਦਾ, ਉਹਨੂੰ ਕੋਈ ਐਂਟਰੀ ਫੀਸ ਦੇਣੀ ਪੈਂਦੀ ਹੈ। ਸੋ ਮੋਹਿਤ ਨੇ ਬਹੁਤ ਵੱਡੀ ਐਂਟਰੀ ਫੀਸ ਦੇ ਕੇ ਇਸ ਫਿਲਮ ਲਾਈਨ 'ਚ ਐਂਟਰੀ ਮਾਰੀ ਹੈ। ਜਦੋਂ ਅਸੀਂ ਪਹਿਲੀ ਫਿਲਮ ਜਿਹੜੀ ਸੱਸ ਕੁੱਟਣੀ ਬਣਾ ਰਹੇ ਸੀ, ਮੈਂ ਵੀ ਉਹਦਾ ਪਾਰਟ ਸੀਗਾ, ਕਿਉਂਕਿ ਉਹ ਫਿਲਮ ਦੀਆਂ ਲੋਕੇਸ਼ਨਾਂ ਤੱਕ ਅਸੀਂ ਸਾਰੀਆਂ ਇਕੱਠਿਆਂ ਦੇਖੀਆਂ, ਪਰ ਜਦੋਂ ਸ਼ੂਟਿੰਗ ਸ਼ੁਰੂ ਹੋਈ ਮੈਨੂੰ ਕਿਸੇ ਕਾਰਨ ਕਰਕੇ ਫੌਰਨ ਜਾਣਾ ਪੈ ਗਿਆ, ਇਸ ਕਰਕੇ ਮੈਂ ਸਕਰੀਨ 'ਤੇ ਵੀ ਨਹੀਂ ਦਿਖਿਆ, ਪਰ ਮੈਂ ਇਹ ਟੀਮ ਦੇ ਨਾਲ ਹਮੇਸ਼ਾ ਰਿਹਾ। ਦੂਜੀ ਗੱਲ ਹੈ, ਕਿਸੇ ਫਿਲਮ ਦਾ ਕਿਸੇ ਫਿਲਮ ਨਾਲ ਕੋਈ ਕੰਪੈਰੀਜ਼ਨ ਨਹੀਂ ਹੁੰਦਾ,
ਹਰ ਫਿਲਮ, ਕਿਉਂਕਿ ਹਰ ਅਲੱਗ ਅਲੱਗ ਮੌਕੇ 'ਤੇ ਜਦੋਂ ਫਿਲਮ ਆਉਂਦੀ ਹੈ ਅਲੱਗ ਕਿਸਮ ਦੀ ਫਿਲਮ ਹੁੰਦੀ ਹੈ, ਸਾਡੀ ਇਸ ਫਿਲਮ ਵਿੱਚ ਵੀ ਅਤੇ ਪਿਛਲੀ ਫਿਲਮ ਦੇ ਵਿੱਚ ਵੀ ਇੱਕ ਕੋਮਨ ਚੀਜ਼ ਜਿਹੜੀ ਸੀਗੀ ਉਹ ਇਹ ਹੈ ਕਿ ਫੈਮਿਲੀ ਫਿਲਮ ਹੈ। ਸਿਨੇਮਾ ਉਦੋਂ ਗਰੋ ਕਰਦਾ ਹੈ ਜਦੋਂ ਸਾਰੀ ਫੈਮਿਲੀ ਸਿਨੇਮੇ 'ਚ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੀ ਫਿਲਮ ਤਾਂ ਆਪਾਂ ਤੁਸੀਂ ਸਾਰਿਆਂ ਨੇ ਦੇਖੀ ਹੈ, ਕਿੰਨਾ ਪਿਆਰ ਦਿੱਤਾ ਤੁਸੀਂ ਅਤੇ ਟ੍ਰੇਲਰ ਤੁਸੀਂ ਦੇਖ ਲਿਆ, ਔਰ ਮੈਂ ਇਸ ਵਾਰ ਇਸ ਫਿਲਮ ਦਾ ਹਿੱਸਾ ਬਣਿਆ, ਔਰ ਉਹ ਟ੍ਰੇਲਰ ਦੇ ਵਿੱਚ ਨਹੀਂ ਦਿਖਾਇਆ ਗਿਆ, ਉਹ ਮੋਹਿਤ ਬਾਈ ਜੀ ਨੇ ਮੇਰੇ ਖਿਆਲ 'ਚ ਸਸਪੈਂਸ ਰੱਖਿਆ। ਟਰੈਕ ਹੈ ਮੇਰਾ ਔਰ ਰੂਪੀ ਮੈਮ ਦਾ, ਬੜਾ ਵੱਖਰਾ ਜਿਹਾ ਟਰੈਕ ਹੈ, ਤੁਹਾਨੂੰ ਦੇਖੋਗੇ ਤੁਹਾਨੂੰ ਪਸੰਦ ਆਊਗਾ, ਜਿਹਦੇ ਵਿੱਚ ਬਹੁਤ ਵੱਡਾ ਮੈਸੇਜ ਵੀ ਹੈ, ਅਤੇ ਇਹਦੇ ਨਾਲ ਨਾਲ ਇੱਕ ਦੋ ਟਰੈਕ ਹੋਰ ਵੀ ਪਾਇਆ ਫਿਲਮ ਦੇ ਵਿੱਚ, ਔਰ ਉਮੀਦ ਹੈ ਕਿ ਤੁਸੀਂ ਇਸ ਫਿਲਮ ਨੂੰ ਬਹੁਤ ਪਿਆਰ ਦਿਓਗੇ, ਫੈਮਿਲੀ ਫਿਲਮ ਹੈ ਔਰ ਪੂਰੀ ਫੈਮਿਲੀ ਦੇ ਨਾਲ ਆ ਕੇ ਦੇਖੋ। ਥੈਂਕ ਯੂ ਵੈਰੀ ਮੱਚ। ਮੈਨੂੰ ਐਂ ਲੱਗਦਾ ਜਦੋਂ ਸੱਸ ਕੁੱਟਣੀ 2 ਆਊਗੀ ਤੁਹਾਨੂੰ ਦੁਨੀਆ ਨਫ਼ਰਤ ਕਰਨੀ ਸ਼ੁਰੂ ਕਰ ਦੂਗੀ, ਬਾਕੀ ਤੁਸੀਂ ਦੇਖੋਗੇ ਬਹੁਤ ਪਿਆਰਾ ਕਿਰਦਾਰ ਇਹਨਾਂ ਨੇ ਨਿਭਾਇਆ। ਬਹੁਤ ਮੈਂ ਨਾ ਵੈਸੇ ਸੱਸ ਕੁੱਟਣੀ 2  'ਚ ਮੇਰਾ ਇੱਕ ਕੋਸ਼ਿਸ਼ ਰਹੀ ਸੀਗੀ ਕਿ ਮੈਂ ਹਰ ਇੱਕ ਕਰੈਕਟਰ ਵਧੀਆ ਪਰਫੋਰਮਰ ਤੋਂ ਕਰਾਉਣਾ ਚਾਹੁੰਦਾ ਸੀਗਾ, ਅਤੇ ਮੈਂ ਜਿੰਨੇ ਵੀ ਮੈਨੂੰ ਕਲਾਕਾਰ ਮਿਲੇ ਜਿੱਦਾਂ ਵੀਰ ਜੀ ਸੀਗੇ, ਮੈਡਮ ਸੀਗੇ, ਇਹ ਇੰਨੇ ਕਮਾਲ ਦੇ ਆਰਟਿਸਟ ਨੇ, ਰੂਹ ਖੁਸ਼ ਹੋ ਜਾਂਦੀ ਇਹਨਾਂ ਨਾਲ ਕੰਮ ਕਰਕੇ, ਬੜਾ ਪਿਆਰੇ ਕਰੈਕਟਰ ਇਹਨਾਂ ਨੇ ਨਿਭਾਏ ਆਪਣੇ। ਬਾਕੀ ਤੁਹਾਨੂੰ ਸੱਸ ਕੁੱਟਣੀ 2 ਜਿੱਦਣ ਰਿਲੀਜ਼ ਹੋਊਗੀ ਤੁਹਾਨੂੰ ਪਤਾ ਲੱਗੂਗਾ ਇੱਕ ਇੱਕ ਕਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਜ਼ੋਰ ਲਾਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਜਿਵੇਂ ਕਿ ਪਹਿਲੀ ਸੱਸ ਕੁੱਟਣੀ ਜਦੋਂ ਦੇਖੀ ਹੈ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ, ਅਤੇ ਆਈ ਐਮ ਸੋ ਲੱਕੀ ਟੂ ਬੀ ਅ ਪਾਰਟ ਆਫ ਦਿਸ ਫਿਲਮ ਸੱਸ ਕੁੱਟਣੀ 2, ਔਰ ਇੰਨੇ ਪਿਆਰੇ ਕਲਾਕਾਰਾਂ ਨਾਲ ਕੰਮ ਕਰਕੇ ਵੈਸੇ ਹੀ ਬੜਾ ਮਜ਼ਾ ਆਉਂਦਾ ਔਰ ਵਧੀਆ ਲੱਗਦਾ ਕਿ ਵੀ ਯਾਰ ਇੰਨੇ ਇੰਨੇ ਅੱਛੇ ਕਲਾਕਾਰਾਂ ਨਾਲ ਕੰਮ ਕਰਨਾ, ਅਤੇ ਐਜ਼ ਯੂਜੁਅਲੀ ਮੇਰਾ ਛੋਟਾ ਜਿਹਾ ਪਾਰਟ ਹੈ, ਪਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮਜ਼ਾ ਆਏਗਾ, ਐਂਡ ਥੈਂਕ ਯੂ ਮੋਹਿਤ ਸਰ। ਜਿਹਦਾ ਛੋਟਾ ਪਾਰਟ ਨਾ ਲਿਖਿਆ ਉਹ 3 ਦੇ ਵਿੱਚ ਤਾਂ ਵੱਡਾ ਹੋ ਜਾਂਦਾ ਫਿਕਰ ਨਾ ਕਰ। ਸਰ ਮੈਂ ਆਪ ਹੀ ਇੰਨੀ ਵੱਡੀ ਹਾਂ ਕਿ ਮੇਰਾ ਪਾਰਟ ਤਾਂ ਇਹ ਛੋਟਾ ਹੀ ਹੋ ਜਾਂਦਾ, ਵੱਡਾ ਹੀ ਲੱਗ ਜਾਂਦਾ, ਅਤੇ ਇਸ ਲਈ ਮੋਹਿਤ ਸਰ ਨੂੰ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਸਰ ਨੇ ਇੰਨਾ ਵਿਸ਼ਵਾਸ ਕੀਤਾ ਜਾਂ ਸਰ ਨੇ ਸਾਨੂੰ ਲੱਗਾ ਕਿ ਬਈ ਅੱਛੇ ਪਰਫੋਰਮੈਂਸ ਕੋਲੋਂ ਕੰਮ ਕਰਾਉਣਾ, ਅਤੇ ਥੈਂਕ ਯੂ ਸੋ ਮਚ ਸਰ ਕਿ ਤੁਸੀਂ ਇੰਨਾ ਵਿਸ਼ਵਾਸ ਕੀਤਾ, ਅਤੇ ਉਮੀਦ ਹੈ ਕਿ ਹੋਰ ਵੀ ਕੰਮ ਕਰਾਂਗੇ, ਅਤੇ ਸੱਸ ਕੁੱਟਣੀ ਸਾਰੇ ਪਲੀਜ਼ ਜ਼ਰੂਰ ਦੇਖਣ ਆਉਣਾ, ਜਿੰਨਾ ਮਜ਼ਾ ਤੁਹਾਨੂੰ ਪਹਿਲੀ ਵਾਰੀ ਦੇਖਣ 'ਚ ਆਇਆ ਸੀ ਉਸ ਤੋਂ ਡਬਲ ਮਜ਼ਾ ਤੁਹਾਨੂੰ ਹੁਣ ਆਏਗਾ। ਠੀਕ ਹੈ ਜੀ, ਥੈਂਕ ਯੂ ਸੋ ਮਚ। ਇਹ ਛੋਟੇ ਛੋਟੇ ਬੱਚੇ ਵੀ ਦੇਖੋ ਜੀ ਕਿੰਨਾ ਪਿਆਰਾ ਕੰਮ ਕੀਤਾ ਇਹਨਾਂ ਨੇ, ਕਿੰਨੇ ਕਿਊਟ ਕਿਊਟ ਬੱਚੇ ਨੇ। ਅਕਸ਼ਿਤਾ ਜੀ ਆਪਣੇ ਬੱਚੇ ਥਾਂਬੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਆਈ ਹੋਪ ਇਹ ਮੂਵੀ ਸੂਨ ਆ ਜੇ 7 June ਨੂੰ, ਅਤੇ ਇਹ ਇਹ ਟ੍ਰੇਲਰ ਹੀ ਇੰਨਾ ਗੋਰਜੀਅਸ ਸੀ, ਸੋਚੋ ਕਿੰਨੀ ਐਕਸਾਈਟਿੰਗ ਮੂਵੀ ਆਏਗੀ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਜਿਹੜਾ ਸੱਸ ਕੁੱਟਣੀ ਨਾ ਦੀ ਮੈਂ ਪਾਰਟ 2 ਆ, ਅਤੇ ਜਿੰਨੀਆਂ ਵੀ ਮੂਵੀਜ਼ ਆ ਅਤੇ ਸਭ ਤੋਂ ਵਧੀਆ ਲਾਈਕ ਨਹੀਂ ਮੈਂ ਸੱਸ ਕੁੱਟਣੀ 2 ਨੂੰ ਹੀ ਆਊਗੇ, ਇੰਨੇ ਜ਼ਿਆਦਾ ਲਾਈਕ ਜਿੰਨੀਆਂ ਵੀ ਮੂਵੀਜ਼ ਆ ਉਹਨਾਂ ਨੂੰ ਆਏ ਹੀ ਨਹੀਂ। ਥੈਂਕ ਯੂ ਜੀ। ਹੁਣ ਅਸੀਂ ਮੀਡੀਆ ਤੋਂ ਸਵਾਲ ਲਵਾਂਗੇ। ਫਾਈਨਲੀ ਆਪਣੀ ਫਿਲਮ ਆ ਰਹੀ ਹੈ ਜੀ 7 June ਨੂੰ, ਅਤੇ ਮੇਰਾ ਸਭ ਤੋਂ ਵੱਡਾ ਥੈਂਕਸ ਤਾਂ ਸਾਰੇ ਆਰਟਿਸਟਾਂ ਨੂੰ ਹੈ ਹੀ ਹੈ, ਸਭ ਤੋਂ ਵੱਡਾ ਥੈਂਕਸ ਹੈ ਸਾਰੇ ਗਾਮਾਂ ਨੂੰ ਜਿਨ੍ਹਾਂ ਨੇ ਸਾਡੇ 'ਤੇ ਟਰੱਸਟ ਕੀਤਾ,
ਸਾਡੇ ਨਾਲ ਕੰਮ ਕੀਤਾ। ਸੋ ਇੱਕ ਵਾਰੀ ਤਾੜੀਆਂ ਸਾਰੇ ਗਾਵਾਂ ਕੰਪਨੀ ਵਾਸਤੇ ਜੀ।